ਅੱਜ ਬਹੁਤ ਹੀ ਅਹਿਮ ਮੁੱਦੇ 'ਤੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ। ਪਿਛਲੇ ਦਿਨਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਿਹੜੇ ਸਾਡੇ ਲੀਡਰ ਸਾਹਿਬਾਨ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੱਲੋਂ ਜੋ ਖਿਮਾ ਜਾਚਨਾ ਦੀ ਜਿਹੜੀ ਹੈ ਇੱਕ ਪੱਤਰ ਉਹਨਾਂ ਨੂੰ ਭੇਜਿਆ ਗਿਆ ਅਤੇ ਨਾਲ ਹੀ ਬਹੁਤ ਸਾਰੀਆਂ ਧਿਰਾਂ ਤੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ 'ਤੇ ਸਵਾਲ ਚੁੱਕੇ ਗਏ ਸੀ ਕਿ ਉਹਨਾਂ ਦੇ ਰਾਜ ਦੇ ਵਿੱਚ ਇਹ ਹੋਇਆ ਜਾਂ ਉਹਨਾਂ ਵੱਲੋਂ ਮਾਫ਼ੀ ਨਹੀਂ ਮੰਗੀ ਗਈ, ਇਹ ਸਾਰੀਆਂ ਚੀਜ਼ਾਂ 'ਤੇ ਇਹਨਾਂ ਨੂੰ ਬੰਦ ਕਰਦੇ ਹੋਏ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੱਲੋਂ ਇੱਕ ਪੱਤਰ ਜਹਿਦਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਿਖ ਕੇ ਸਿੰਘ ਸਾਹਿਬਾਨ ਨੂੰ ਲਿਖ ਕੇ ਉਹਨਾਂ ਨੇ ਕਿਹਾ ਕਿ ਮੈਨੂੰ ਹਰ ਜਿਹੜਾ ਉਸ ਸਮੇਂ 'ਚ ਕੁਛ ਵੀ ਸਾਡੇ 'ਤੇ ਇਲਜ਼ਾਮ ਲੱਗੇ ਨੇ ਉਹ ਸਾਰੇ ਮੈਂ ਆਪਣੀ ਝੋਲੀ ਪਾਉਣਾ ਅਤੇ ਉਹ ਝੋਲੀ ਪਾਉਣਾ ਉਹ ਇਲਜ਼ਾਮਾਂ ਨੂੰ ਅਤੇ ਮੈਂ ਗੁਰੂ ਮਹਾਰਾਜ ਦੇ ਅੱਗੇ ਨਤਮਸਤਕ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਸਾਡੀ ਸਰਵਉੱਚ ਸਥਾਨ ਜਿਹੜਾ ਸਿੱਖਾਂ ਦਾ ਉਹਦੇ ਅੱਗੇ ਨਤਮਸਤਕ ਹੋ ਕੇ ਮੈਂ ਆਪਣੇ ਆਪ ਨੂੰ ਨਿਵਾਣੇ ਸਿੱਖ ਵਜੋਂ ਉੱਥੇ ਪੇਸ਼ ਹੋ ਕੇ ਅਤੇ ਮੈਂ ਆਪਣੇ ਸਾਰੀਆਂ ਜਿਹੜੀਆਂ ਕੀਤੀਆਂ ਗਲਤੀਆਂ ਜਾਣੇ ਅਣਜਾਣੇ 'ਚ ਹੋਈਆਂ ਉਹਨਾਂ ਦੀ ਮੈਂ ਮਾਫ਼ੀ ਮੰਗਦਾ ਅਤੇ ਜੋ ਵੀ ਸ਼੍ਰੀ ਅਕਾਲ ਤਖਤ ਸਾਹਿਬ ਮੈਨੂੰ ਹੁਕਮ ਲਾਉਣਗੇ ਜਥੇਦਾਰ ਸਾਹਿਬਾਨ ਸਾਹਿਬ ਦਾ ਹੁਕਮ ਹੋਊਗਾ ਉਹ 'ਤੇ ਮੈਂ ਪੂਰਨ ਰੂਪ 'ਤੇ ਅਸੀਂ ਉਤਰਾਂਗੇ ਅਤੇ ਸ਼੍ਰੋਮਣੀ ਅਕਾਲੀ ਦਲ ਉਸ 'ਤੇ ਪੂਰਾ ਉਤਰੂਗਾ। ਹੁਣ ਇਹ ਸਾਰੇ ਵਰਤਾਰੇ ਦੇ ਵਿੱਚ ਜੇ ਦੇਖਿਆ ਜਾਵੇ ਕਿਉਂਕਿ ਇੱਕ ਬੜਾ ਵੱਡਾ ਮਾਹੌਲ ਸਿਰਜਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਕਮਜ਼ੋਰ ਕਰਨਾ, ਉਹਦੇ ਚਿੱਠੀ ਵੀ ਦਿੱਤੀ ਗਈ। ਬਟ ਉਹ ਤੋਂ ਬਾਅਦ ਹੁਣ ਪਿਛਲੇ ਕਈ ਦਿਨਾਂ ਤੋਂ ਜਿਹੜਾ ਜਿਸ ਦਿਨ ਤੋਂ ਇਹ ਚਿੱਠੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਸੌਂਪ ਕੇ ਆਏ ਉਹ ਤੋਂ ਬਾਅਦ ਵਿਰੋਧੀ ਸਾਡੇ 'ਚੋਂ ਆਪਣੇ 'ਚੋਂ ਕੋਈ ਸੁਧਾਰ ਲਹਿਰ ਚਲਾਉਂਦਾ, ਕੋਈ ਪੰਥਕ ਲਹਿਰ ਚਲਾਉਂਦਾ, ਕੋਈ ਕੁਛ ਕਰਦਾ, ਹਰ ਤੀਸਰਾ ਬੰਦਾ ਉੱਠ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਚਿੱਠੀ ਦੇਣ ਚਲਾ ਜਾਂਦਾ। ਉੱਥੇ ਜਾ ਕੇ ਕੀ ਗੱਲ ਕਰਦਾ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ 'ਤੇ ਇਹ ਐਕਸ਼ਨ ਲਿਆ ਜਾਵੇ, ਸ਼੍ਰੋਮਣੀ ਅਕਾਲੀ ਦਲ 'ਤੇ ਐਂ ਕੀਤਾ ਜਾਵੇ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ 'ਤੇ ਨੂੰ ਪੰਥ ਦੇ ਵਿੱਚੋਂ ਐਂ ਕੀਤਾ ਜਾਵੇ, ਉਹਨਾਂ 'ਤੇ ਇਸ ਤਰ੍ਹਾਂ ਦੀ ਉਹਨਾਂ ਨੂੰ ਸਜ਼ਾ ਲਾਈ ਜਾਵੇ। ਵੀਰੋ, ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਿਹੜੇ ਬੰਦੇ ਜਾ ਕੇ ਪਹਿਲੀ ਵਾਰ ਸ਼ਿਕਾਇਤ ਦਰਜ ਕਰਕੇ ਆਏ ਤਾਂ ਜੇ ਤੁਹਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ 'ਤੇ ਭਰੋਸਾ ਹੀ ਨਹੀਂ ਸੀ ਤਾਂ ਫਿਰ ਤੁਸੀਂ ਉੱਥੇ ਚਿੱਠੀ ਪੱਤਰ ਦੇਣ ਕਿਉਂ ਗਏ? ਜੇ ਪੂਰਨ ਭਰੋਸਾ ਰੱਖਦੇ ਹੋ ਤਾਂ ਫਿਰ ਇਹ ਵੀ ਭਰੋਸਾ ਰੱਖੋ ਕਿ ਜੋ ਫੈਸਲਾ ਕਰਨਗੇ ਉਹ ਬਹੁਤ ਸਹੀ ਅਤੇ ਜਿਹੜਾ ਸੰਗਤ ਦੇ ਜੋ ਉਹਨਾਂ ਦੇ ਜੇ ਕਹੀਏ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਤੇ ਸੰਗਤ ਨੂੰ ਜੋ ਪ੍ਰਵਾਨ ਹੋਊਗਾ ਉਹੋ ਜਿਹਾ ਫੈਸਲੇ ਹੋਣਗੇ, ਕਿਉਂਕਿ ਜਥੇਦਾਰ ਸਾਹਿਬਾਨ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹ ਕਿਸੇ ਐਵੇਂ ਕਿਤੇ ਕਿਸੇ ਸੰਸਥਾ ਦੇ ਜੇ ਕਹੀਏ ਮੁਖੀ ਨਹੀਂ ਹੈ, ਸ਼੍ਰੀ ਅਕਾਲ ਤਖਤ ਸਾਹਿਬ ਸਭ ਉੱਚ ਸਥਾਨ ਸਾਡਾ। ਜੇ ਉੱਥੇ ਤੁਸੀਂ ਜਦੋਂ ਉਸ ਤੋਂ ਬਾਅਦ ਹਰ ਤੀਸਰਾ ਲੀਡਰ ਉੱਠਿਆ, ਕਦੇ ਮੈਂ ਕੱਲ੍ਹ ਵੀ ਦੇਖ ਰਿਹਾ ਸੀ ਕੋਈ ਕੱਲ੍ਹ ਬੀਬੀ ਜਾ ਰਹੀ ਹੈ, ਕੋਈ ਥੋੜ੍ਹੇ ਦਿਨ ਪਹਿਲਾਂ ਕੋਈ ਹੋਰ ਬੰਦੇ ਜਾ ਰਹੇ ਨੇ, ਕੋਈ ਪੰਥਕ ਦਲ ਜਾ ਰਿਹਾ ਹੈ, ਮੈਂ ਕੁਛ ਦਿਨ ਪਹਿਲਾਂ ਦੇਖਿਆ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਜੀ ਵੀ ਜਾ ਕੇ ਆਏ ਨੇ, ਉਹ ਕੋਈ ਕੁਛ ਬੋਲਦਾ ਕੋਈ ਕੁਛ ਬੋਲਦਾ, ਤਾਂ ਇਹ ਬੜੀ ਮੰਦਭਾਗੀ ਗੱਲ ਹੈ ਕਿ ਅਸੀਂ ਆਪਣੇ ਉਸ ਸਥਾਨ ਦੀ ਜਿਹੜੀ ਮਰਿਆਦਾ ਹੈ ਉਹਦੀ ਗਰਮ ਹੈ ਉਹਨੂੰ ਵੀ ਨਹੀਂ ਦੇਖ ਰਹੇ। ਹਰ ਬੰਦਾ ਉਹਨਾਂ ਨੂੰ ਡਿਕਟੇਟ ਕਰਨ 'ਤੇ ਤੁਰਿਆ ਹੋਇਆ ਕਿ ਜਥਾ ਸ਼੍ਰੀ ਅਕਾਲ ਤਖਤ ਸਾਹਿਬ ਇਸ ਤਰ੍ਹਾਂ ਕਰਨ। ਵੀਰੋ, ਜੋ ਉਹਨਾਂ ਨੇ ਫੈਸਲਾ ਲੈਣਾ ਉਹ ਸਭ ਨੂੰ ਮਨਜ਼ੂਰ ਹੋਣਾ, ਜੇ ਤੁਸੀਂ ਭਰੋਸਾ ਰੱਖਦੇ ਹੋ। ਅਤੇ ਮੈਂ ਤਾਂ ਹਮੇਸ਼ਾ ਕਿਹਾ ਕਿ ਇੱਕੋ ਇੱਕ ਜਗ੍ਹਾ ਦੇ ਸਥਾਨ 'ਤੇ ਭਰੋਸਾ ਰੱਖੋ, ਹੈ ਸ਼੍ਰੀ ਅਕਾਲ ਤਖਤ ਸਾਹਿਬ, ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਵੀ ਉਸ ਸਥਾਨ 'ਤੇ ਬੈਠਾ ਉਸ ਜਿਹੜੀ ਹੈ
ਉਸ ਜਗ੍ਹਾ ਦਾ, ਉਸ ਸਥਾਨ ਦਾ ਜਿਹੜਾ ਹੈ ਸਾਡਾ ਸਰਵਉੱਚ ਸਥਾਨ ਹੈ, ਜੋ ਉੱਥੋਂ ਫੈਸਲਾ ਹੁੰਦਾ ਉਹਨੂੰ ਮੰਨਣਾ ਸਾਡਾ ਫਰਜ਼ ਹੈ। ਅਤੇ ਜੇ ਕਿਤੇ ਕੋਈ ਗਲਤੀਆਂ ਸ਼੍ਰੋਮਣੀ ਅਕਾਲੀ ਦਲ ਤੋਂ ਜਾਂ ਕੋਈ ਕਮੀਆਂ ਰਹੀਆਂ ਨੇ ਤਾਂ ਉਹਦੇ ਲਈ ਉਹ ਆਲਰੇਡੀ ਮਾਫ਼ੀ ਮੰਗ ਚੁੱਕਾ ਅਤੇ ਜੋ ਸਜ਼ਾ ਲੱਗੂਗੀ ਉਹਨਾਂ ਅਸੀਂ ਮਨਜ਼ੂਰ ਕਰਾਂਗੇ। ਪਰ ਅੱਜ ਜਿਹੜਾ ਸਭ ਦਾ ਜ਼ੋਰ, ਮੈਂ ਇਹ ਅੱਜ ਦਾ ਨਹੀਂ ਚੱਲ ਰਿਹਾ, ਇਹ ਬੜੇ ਲੰਮੇ ਸਮੇਂ ਤੋਂ ਚੱਲ ਰਿਹਾ, 2005 ਤੋਂ ਜਦੋਂ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਐਕਟਿੰਗ ਪ੍ਰਧਾਨ ਬਣੇ, ਬਹੁਤ ਸਾਰੇ ਸਾਡੇ ਲੀਡਰਾਂ ਦਾ ਇਹ ਸੀ ਕਿ ਉਹਨਾਂ ਨੇ ਹਾਲਾਂਕਿ ਉਸ ਟਾਈਮ 'ਤੇ ਇਹਨਾਂ ਦੀ ਮਦਦ ਤਾਂ ਕੀਤੀ, ਤਾਇਦ ਵੀ ਕਈ ਲੀਡਰਾਂ ਨੇ ਉਦੋਂ ਕੀਤਾ, ਪਰ ਉਹਨਾਂ ਦੇ ਅੰਦਰ ਮਨ 'ਚ ਮੈਲ ਸੀ, ਉਹ ਚਾਹੁੰਦੇ ਨਹੀਂ ਸੀ ਕਿਉਂਕਿ ਉਹ ਕੁਰਸੀ 'ਤੇ ਉਹ ਆਪ ਬੈਠਣਾ ਚਾਹੁੰਦੇ ਸੀ। ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਦੋਂ ਦੇਖਿਆ ਕਿ 2007 'ਚ ਸਰਕਾਰ ਆ ਰਹੀ ਹੈ ਤਾਂ ਉਹ ਸਰਕਾਰ ਦੇ ਵਿੱਚ ਉਹਨਾਂ ਦੀਆਂ ਭਾਗੀਦਾਰੀਆਂ ਰਹੀਆਂ, ਸੱਤਾ ਦਾ ਆਨੰਦ ਮਾਣਿਆ। ਫਿਰ ਉਦੋਂ ਬਾਅਦ ਇੱਕ ਚੱਲਿਆ ਦੌਰ ਚੱਲਿਆ 2012 ਜਦੋਂ ਨੌਜਵਾਨੀ ਬਹੁਤ ਜ਼ੋਰਾਂ ਸ਼ੋਰਾਂ ਨਾਲ ਅਕਾਲੀ ਦਲ ਦੇ ਨਾਲ ਸੀ। ਫਿਰ ਇੱਕ ਬਹੁਤ ਵੱਡਾ, ਜੇ ਕਹੀਏ ਤਾਂ ਇੱਕ ਬੜਾ ਵੱਡਾ ਸ਼ਡਿਅੰਤਰ ਰਚਿਆ ਗਿਆ। ਪਹਿਲਾ ਕੰਮ ਸੀ ਪੰਜਾਬ ਦੀ ਜਵਾਨੀ ਜਿਹੜੀ ਸੀ ਉਹਨੂੰ ਤੋੜਨਾ ਸ਼੍ਰੋਮਣੀ ਅਕਾਲੀ ਦਲ ਨਾਲ, ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਬਦਨਾਮ ਕੀਤਾ ਗਿਆ, ਨਸ਼ੇ ਦੇ ਮੁੱਦੇ 'ਤੇ ਕੀਤਾ ਗਿਆ, ਜਿਹੜਾ ਅੱਜ ਵੀ ਬਹੁਤ ਵੱਡੇ ਜ਼ੋਰਾਂ 'ਤੇ ਕਈ ਹਜ਼ਾਰ ਗੁਣਾ ਤੋਂ ਵੱਧ ਹੈ, ਪਰ ਅੱਜ ਕੋਈ ਨਹੀਂ ਬੋਲ ਰਿਹਾ। ਫਿਰ ਉਹ ਤੋਂ ਬਾਅਦ ਦੂਸਰਾ ਫਿਰ ਆਇਆ, ਉਹਨਾਂ ਨੂੰ ਪਤਾ ਸੀ ਕਿ ਦੋ ਚੀਜ਼ਾਂ 'ਚ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਵੱਡੀ ਤਾਕਤ ਹੈ, ਉਹ ਸੀ ਇੱਕ ਜਵਾਨੀ ਅਤੇ ਇੱਕ ਧਰਮ ਦੇ, ਸਿੱਖੀ ਧਰਮ ਦਾ। ਸਿੱਖੀ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ 2015 'ਚ, ਬੇਅਦਬੀ ਸ਼ਬਦ ਲਿਆਂਦਾ ਗਿਆ, ਉਸ ਤੋਂ ਪਹਿਲਾਂ ਕਦੇ ਬੇਅਦਬੀ ਦਾ, ਕਦੇ ਬੇਅਦਬੀ ਸ਼ਬਦ ਹੀ ਨਹੀਂ ਸੁਣਿਆ ਸੀ, ਪਰ ਬੇਅਦਬੀਆਂ ਦੀ ਗੱਲ ਹੋਈ ਅਤੇ ਉਹਦਾ ਇਲਜ਼ਾਮ ਜਿਹੜਾ ਸ਼੍ਰੋਮਣੀ ਅਕਾਲੀ ਦਲ 'ਤੇ ਲੱਗਿਆ। ਪਰ ਉਹ ਤੋਂ ਬਾਅਦ ਫਿਰ ਚੱਲ ਪਿਆ ਦੌਰ ਕਿ ਯਾਰ ਫਿਰ ਵੀ ਸੈੱਟ ਨਹੀਂ ਆ ਰਿਹਾ, ਤਾਂ ਜੋ ਡਿਵੈਲਪਮੈਂਟ ਜਾਂ ਪੰਜਾਬ ਨੇ ਜੋ ਕੀਤਾ ਉਹ ਇੱਕ ਅਲੱਗ ਇਸ਼ੂ ਸੀ। ਉਸ ਤੋਂ ਬਾਅਦ ਫਿਰ ਇਹਨਾਂ ਨੇ ਲੱਗਿਆ ਕਿ ਇੱਕੋ ਇੱਕ ਲੀਡਰ ਹੈ ਸਭ ਦੇਸ਼ ਦੇ ਵਿੱਚ ਰਾਹੁਲ ਗਾਂਧੀ ਦੀ ਵੀ ਐਗਜ਼ਾਮਪਲ ਸੀ ਕਿ ਉਹਨੂੰ ਵੀ ਇਹ ਬੋਲਿਆ ਜਾਂਦਾ ਸੀ। ਪਰ ਅੱਜ ਕਦੇ ਕਿਸੇ ਨੇ ਜਿਹੜੀ ਆ ਨਾ ਤਾਂ 84 ਦੀ ਕੋਈ ਗੱਲ ਕਰਦਾ, ਨਾ ਕਾਂਗਰਸ ਦੀ ਗੱਲ ਕਰਦਾ, ਨਾ ਬੀਜੇਪੀ ਦੀ ਗੱਲ ਕਰਦਾ, ਨਾ ਆਮ ਆਦਮੀ ਪਾਰਟੀ ਦੀ ਗੱਲ ਕਰਦਾ, ਜੇ ਸਭ ਦਾ ਜ਼ੋਰ ਇੱਕੋ ਚੀਜ਼ 'ਤੇ ਚੱਲਦਾ ਉਹ ਹੈ ਸੁਖਬੀਰ ਸਿੰਘ ਬਾਦਲ, ਬਾਦਲ ਬਾਦਲ ਬਾਦਲ, ਅਕਾਲੀ ਦਲ ਅਕਾਲੀ ਦਲ ਅਕਾਲੀ ਦਲ, ਇਸੇ ਚੀਜ਼ 'ਤੇ ਜ਼ੋਰ ਲੱਗਿਆ ਹੋਇਆ। ਪਰ ਮੈਂ ਉਹਨਾਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ, ਜੋ ਫੈਸਲਾ ਉਹ ਸਰਵਉੱਚ ਸਥਾਨ ਤੋਂ ਹੋਊਗਾ ਉਹ ਫੈਸਲਾ ਸਾਨੂੰ ਮਨਜ਼ੂਰ ਹੋਣਾ ਚਾਹੀਦਾ। ਜੇ ਭਰੋਸਾ ਰੱਖਦੇ ਹੋ ਉੱਥੇ ਤਾਂ ਫਿਰ ਜੋ ਫੈਸਲਾ ਹੋ ਉਹਨੂੰ ਮਨਜ਼ੂਰ ਕਰਿਓ, ਜੇ ਭਰੋਸਾ ਨਹੀਂ ਰੱਖਦੇ ਤਾਂ ਫਿਰ ਉੱਥੇ ਜਾ ਕੇ ਤੁਸੀਂ ਚਿੱਠੀਆਂ ਦੇਣ ਦਾ ਕੋਈ ਤੁੱਕ ਨਹੀਂ ਬਣਦੀ। ਇਸ ਕਰਕੇ ਸਾਰੇ ਬੰਦੇ ਜਿਹੜੇ ਨੇ ਇਹਨਾਂ ਦੇ ਰਾਜਨੀਤਿਕ ਮੰਤਵ ਨੇ, ਮੈਂ ਸੰਗਤ ਨੂੰ ਅਪੀਲ ਕਰਦਾ ਕਿਉਂਕਿ ਤੁਸੀਂ ਵੱਡੇ ਹੋ, ਤੁਹਾਡੇ ਤੁਸੀਂ ਵੱਡੇ ਹੋ, ਥੋੜ੍ਹੇ ਟਾਈਮ 'ਚ ਕੁਛ ਦਿਨਾਂ 'ਚ ਜਿਹੜਾ ਫੈਸਲੇ ਆਉਣੇ ਨੇ ਤਾਂ ਉਹਦੇ 'ਤੇ ਸਭ ਤੋਂ ਵੱਡਾ ਸਿੱਖ ਧਰਮ, ਸਭ ਤੋਂ ਵੱਡੀ ਚੀਜ਼ ਇੱਕੋ ਹੈ ਕਿ ਸਾਨੂੰ ਮਾਫ਼ੀ। ਸਾਡਾ ਸਿੱਖ ਧਰਮ ਜੇ ਅੱਜ ਤੱਕ ਉੱਥੇ ਕਿਸੇ ਨੂੰ ਕਦੇ ਇਹ ਤਾਂ ਹੋਇਆ ਨਹੀਂ ਕਿ ਫਾਂਸੀ ਲਟਕਾਇਆ ਜਾਵੇ, ਉੱਥੇ ਸਭ ਨੂੰ ਸਾਡਾ ਧਰਮ ਸਿਖਾਉਂਦਾ ਕਿ ਜੇ ਕਿਤੇ ਕੋਈ ਗਲਤੀ ਕੀਤੀ ਹੈ ਜਾਂ ਗਲਤੀ ਹੋਈ ਹੈ ਜਾਂ ਜਾਣੇ ਅਣਜਾਣੇ 'ਚ ਕੋਈ ਚੀਜ਼ ਕਮੀ ਰਹਿ ਗਈ ਹੈ ਤਾਂ ਉਹਦੀ ਮਾਫ਼ੀ ਹੈ। ਇਹੀ ਸਾਡੇ ਧਰਮ ਦੀ ਵਿਲੱਖਣਤਾ ਅਤੇ ਇਹੀ ਧਰਮ ਸਾਡਾ ਵੱਡਾ ਹੈ ਅਤੇ ਸਿੱਖ ਧਰਮ 'ਚ ਮਾਫ਼ੀ ਸਭ ਤੋਂ ਵੱਡੀ ਹੁੰਦੀ ਹੈ ਅਤੇ ਅਸੀਂ ਉਹ ਮਾਫ਼ੀ ਮੰਗੀ ਹੈ। ਪਾਰਟੀ ਦੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਸਾਰੀਆਂ ਚੀਜ਼ਾਂ ਮੇਰੀ ਝੋਲੀ ਪਾਓ ਅਤੇ ਜੋ ਹੈ ਇੱਕ ਮੁਖੀ ਹੋਣ ਦੇ ਨਾਤੇ ਮੈਂ ਆਪਣੀ ਪਾਰਟੀ ਵੱਲੋਂ ਜਿਹੜੇ ਬੰਦੇ ਅੱਜ ਇਹ ਚਿੱਠੀਆਂ ਦੇ ਕੇ ਆਉਂਦੇ ਨੇ ਇਹ ਉਹਨਾਂ ਸਮਿਆਂ 'ਚ ਇਹਨਾਂ ਦੇ ਹਿੱਸਾ ਰਹੇ ਨੇ, ਇਹਨਾਂ ਜੇ ਜਿਹੜੀਆਂ ਗਲਤੀਆਂ ਦੇ ਸਾਡੇ 'ਤੇ ਇਲਜ਼ਾਮ ਲੱਗਦੇ ਨੇ ਉਹਦਾ ਹਿੱਸਾ ਵੀ ਇਹ ਲੋਕ ਰਹੇ ਨੇ। ਅਤੇ ਪ੍ਰਧਾਨ ਸਾਹਿਬ ਨੇ ਜੋ ਮਾਫ਼ੀ ਮੰਗੀ ਅੱਗੇ ਜੋ ਫੈਸਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹੋਊਗਾ ਖਿੜੇ ਮੱਥੇ ਪ੍ਰਵਾਨ ਹੋਊਗਾ। ਅਤੇ ਉਮੀਦ ਕਰਦੇ ਹਾਂ
ਕਿ ਪੰਜਾਬ ਦੀ ਸੰਗਤ ਨੂੰ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਭਰੋਸਾ ਪ੍ਰਗਟ ਹੋਊਗਾ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜੋ ਜਿਹੜਾ ਉਹ ਫੈਸਲਾ ਉਹ ਸਾਰਿਆਂ ਨੂੰ ਮਨਜ਼ੂਰ ਹੋਊਗਾ। ਇੰਨੀਆਂ ਕੀ ਬੇਨਤੀਆਂ ਸੀਆਂ, ਇੰਨੀ ਉਹ ਗੱਲਬਾਤ ਸੀ ਤੁਹਾਡੇ ਨਾਲ। ਉਮੀਦ ਕਰਦਾ ਕਿ ਸਾਡੀ ਜਿਹੜਾ ਉਹ ਸਥਾਨ ਹੈ, ਉਹ ਮਹਾਨ ਸਥਾਨ ਹੈ ਜਿਹੜਾ ਸਿੱਖੀ ਦਾ ਜੇ ਕਹੀਏ ਸਥਾਨ ਹੈ ਅਤੇ ਜਿਹੜਾ ਪੰਥ ਦੀ ਸ਼ਾਨ ਹੈ, ਸ਼੍ਰੀ ਅਕਾਲ ਤਖ਼ਤ ਸਾਹਿਬ ਮਹਾਨ ਹੈ, ਉਹਦੀ ਚੜ੍ਹਦੀ ਕਲਾ ਰਹੂਗੀ ਅਤੇ ਜੋ ਉੱਥੋਂ ਫੈਸਲੇ ਹੋਣਗੇ ਉਹ ਗੁਰੂ ਦੇ ਜੇ ਕਹੀਏ ਕਿ ਉਹ ਇੱਕ ਫੈਸਲਾ, ਜਿਹੜੇ ਇਤਿਹਾਸਿਕ ਫੈਸਲੇ ਹੁੰਦੇ ਰਹੇ ਅਤੇ ਹੁਣ ਵੀ ਉਹ ਇਤਿਹਾਸਿਕ ਫੈਸਲਾ ਹੋਊਗਾ। ਬਹੁਤ ਬਹੁਤ